ਸਤਿਕਾਰ ਲੈਵਨ ਪੰਜਾਬੀ ਦੇਖ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਰਣਜੀਤ ਕੌਰ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀ ਹੈਡਲਾਈਨਸ ਤੇ। ਐਸਵਾਈਐਲ ਦੇ ਮੁੱਦੇ ਤੇ ਕੈਪਟਨ ਸਰਕਾਰ ਕਰ ਰਹੀ ਹੈ ਜ਼ਬਾਨੀ ਕਾਰਵਾਈ, ਕਿਹਾ ਪ੍ਰਕਾਸ਼ ਸਿੰਘ ਬਾਦਲ ਨੇ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ, ਬਠਿੰਡਾ ਫਰੀਦਕੋਟ ਵਿੱਚ ਕਿਸਾਨਾਂ ਨੇ ਕੀਤੀ ਖੁਦਕੁਸ਼ੀ। ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ, ਪ੍ਰਸ਼ਾਸਨ ਨਹੀਂ ਦੇ ਰਿਹਾ ਕੋਈ ਧਿਆਨ। ਫਰੀਦਕੋਟ ਵਿੱਚ 6 ਮਹੀਨੇ ਤੱਕ ਨਾਬਾਲਿਗਾ ਨਾਲ ਕਰਦਾ ਰਿਹਾ ਬਲਾਤਕਾਰ, ਇਨਸਾਫ ਦੀ ਕੀਤੀ ਮੰਗ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਐਸਵਾਈਐਲ ਦੇ ਮੁੱਦੇ ਤੇ ਕੈਪਟਨ ਸਰਕਾਰ ਜ਼ਬਾਨੀ ਕਾਰਵਾਈ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪਾਣੀ ਦੇ ਮੁੱਦੇ ਤੇ ਪਹਿਲਾਂ ਵੀ ਅਕਾਲੀ ਦਲ ਸਖਤ ਸਟੈਂਡ ਲੈਂਦਾ ਰਿਹਾ ਤੇ ਜ਼ਰੂਰਤ ਪੈਣ ਤੇ ਉਹ ਫਿਰ ਸਖਤ ਕਦਮ ਚੁੱਕੇਗਾ। ਸਰਦਾਰ ਬਾਦਲ ਸੁਪਰੀਮ ਕੋਰਟ ਵੱਲੋਂ ਪੰਜਾਬ ਨੂੰ ਨਹਿਰ ਬਣਾਉਣ ਦੇ ਹੁਕਮਾਂ ਸੰਬੰਧੀ ਆਪਣੀ ਪ੍ਰਤੀਕਿਰਿਆ ਦੇ ਰਹੇ ਸਨ। ਉਧਰ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਆਪਸੀ ਸਾਂਝ ਹੋਣ ਦਾ ਦੋਸ਼ ਲਗਾਉਣ ਵਾਲੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਰਾਰਾ ਜਵਾਬ ਦਿੰਦੇ ਹੋਏ ਬਾਦਲ ਨੇ ਕਿਹਾ ਕਿ ਪਹਿਲਾਂ ਉਹ ਆਪਣੇ ਗਿਰੇਬਾਨ ਵਿੱਚ ਝਾਕਣ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਖੁਦ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਰਹੇ ਨੇ, ਪਰ ਸੁਖਪਾਲ ਖੁਦ ਦਲ ਬਦਲੂ ਨੇ। ਬਾਦਲ ਨੇ ਕਿਹਾ ਕਿ ਸਾਡੀ ਕਾਂਗਰਸ ਦੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਸਿਰਫ ਪੰਜਾਬ ਦੇ ਹਿੱਤਾਂ ਦੀ ਲੜਾਈ ਹੈ। ਬਸ ਕਿਸਾਨਾਂ ਵੱਲੋਂ ਸੁਬਸਿਡੀਆਂ ਦਾ ਮਾਮਲਾ ਲਗਾਤਾਰ ਜਾਰੀ ਹੈਗਾ, ਇਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅਸਲ ਇਹ ਹੈ ਜੀ, ਇਹਦਾ ਪੱਕਾ ਹੱਲ ਕਰਨ ਦੀ ਲੋੜ ਹੈ, ਕਿਉਂਕਿ ਆਮਦਨ ਘੱਟ, ਖਰਚ ਜ਼ਿਆਦਾ। ਜਦੋਂ ਤੱਕ ਆਮਦਨ ਨਹੀਂ ਹੋਏਗੀ ਉਦੋਂ ਤੱਕ ਨਹੀਂ ਹੋਏਗੀ, ਨਹੀਂ ਹਜੇ ਤਾਂ ਬਹੁਤ ਹੋਈ ਸੀ ਅਤੇ ਇੰਨੇ ਚਿਰ ਰੋਕੀ ਰੱਖਿਆ, ਫੈਸਲਾ ਸੁਪਰੀਮ ਕੋਰਟ ਨੇ ਕੀਤਾ ਸੀ ਅਤੇ ਅਸੀਂ ਰੋਕੀ ਰੱਖਿਆ ਸਾਰਾ, ਜ਼ਮੀਨ ਵੀ ਲੋਕਾਂ ਨੂੰ ਦੇ ਤੀ, ਉਹਨਾਂ ਦੇ ਨਾਲ ਇੰਤਕਾਲ ਵੀ ਕਰਤਾ, ਸੁਪਰੀਮ ਕੋਰਟ ਸਟੈਂਡ ਵੀ ਲਿਆ ਅਸੈਂਬਲੀ ਵਿੱਚ। ਹਾਂ, ਬਰਕਰਾਰ, ਕਿਉਂਕਿ ਪਾਣੀ ਇੱਕ ਜਿੰਦ ਜਾਨ ਆਪਣੀ। ਹੁਣ ਵੀ ਦੇਖੋ ਪਾਣੀ ਦੀ ਸ਼ਾਰਟੇਜ ਆ ਸਟੇਟ 'ਚ, ਅਤੇ ਜੇ ਅੱਧਾ ਪਾਣੀ ਹਰਿਆਣੇ ਨੂੰ ਚਲਾ ਗਿਆ ਤੁਸੀਂ ਆਪ ਦੇਖ ਲਓ ਵੀ ਕਿੰਨਾ ਵੱਡਾ ਨੁਕਸਾਨ ਹੋਏਗਾ। ਦੇਖੋ, ਪਾਗਲ ਲੋਕ ਜਿਹੜੇ ਇਹੋ ਜਿਹੀ ਗੱਲ ਕਰਦੇ ਹੈ, ਸ਼ਰਾਰਤੀ ਲੋਕ ਹੁੰਦੇ ਆ, ਪਾਗਲ ਹੁੰਦੇ ਹੈ, ਜਿਹਦੇ ਦਿਮਾਗ 'ਚ ਇਹੋ ਜਿਹੀ ਗੱਲ ਹੁੰਦੀ ਹੈ, ਇੱਦੂ ਪਾਗਲਪੁਣਾ ਕੀ ਹੋ ਸਕਦਾ? ਤੁਸੀਂ ਆਪ ਸੋਚੋ, ਸੋਚ ਵਾਲਾ ਬੰਦਾ ਤਾਂ ਇਹੋ ਜਿਹੀ ਗਲਤੀ ਕਰ ਹੀ ਨਹੀਂ ਸਕਦਾ। ਜਾਂ ਸ਼ਰਾਰਤੀ ਹੁੰਦੇ ਆ, ਜਾਂ ਉਹਨਾਂ ਦੇ ਮਨ 'ਚ ਹੁੰਦਾ ਕਿਸੇ ਤਰ੍ਹਾਂ ਗੜਬੜ ਹੋਵੇ, ਲੋਕਾਂ 'ਚ ਫਰਕ ਪਵੇ, ਆਹ ਹੋਵੇ, ਵਾਹ ਹੋਵੇ, ਐਵੇਂ ਆਖਦੇ ਫਲਾਨੇ ਨੇ ਕਰਾਤਾ। ਸਿਆਣਾ ਬੰਦਾ ਤਾਂ ਕੋਈ ਸੋਚ ਵੀ ਨਹੀਂ ਸਕਦਾ। ਅਮਰਨਾਥ ਦੇਖੋ, ਹਰ ਇੱਕ ਇਨਸਾਨ ਦਾ ਜੋ ਪਦੇਸ਼ੀ ਹੱਕ ਹੈ ਕਿ ਜਿਹੜੇ ਧਰਮ ਨੂੰ ਉਹ ਮੰਨਦਾ, ਜਿਸ ਤਰ੍ਹਾਂ ਮੰਨਦਾ, ਉਹਦੇ 'ਚ ਕਿਸੇ ਨੂੰ ਕੋਈ ਰੁਕਾਵਟ ਨਹੀਂ ਪਾਉਣੀ ਚਾਹੀਦੀ। ਹੈ ਇੱਕੋ ਹੀ ਗੱਲ, ਅੱਲਾ ਵਾਹਿਗੁਰੂ ਖੁਦਾ ਦਾ ਨਾਮ ਇੱਕੋ ਹੈ। ਕਿਸ ਤਰ੍ਹਾਂ ਦਾ ਕੇਂਦਰ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ? ਦੇਖੋ, ਹਰ ਇੱਕ ਨੂੰ ਦੀ ਜਿਹੜੀ ਧਾਰਮਿਕ ਆਜ਼ਾਦੀ ਹੈ ਉਹਨੂੰ ਬਰਕਰਾਰ ਰੱਖਣ ਵਾਸਤੇ ਸਾਰਾ ਇੰਤਜ਼ਾਮ ਕਰਨਾ ਚਾਹੀਦਾ ਵੀ ਕਿ ਉਹਦੇ 'ਚ ਰੁਕਾਵਟ ਨਾ ਕੋਈ ਹੋਵੇ, ਨਾ ਮੁਸਲਮਾਨ ਨੂੰ, ਨਾ ਹਿੰਦੂ ਨੂੰ, ਨਾ ਸਿੱਖ ਨੂੰ, ਨਾ ਕਿਸੇ ਈਸਾਈ ਨੂੰ। ਪਟਿਆਲਾ ਤੋਂ MP ਡਾਕਟਰ ਧਰਮਵੀਰ ਗਾਂਧੀ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਸ਼੍ਰੀ ਅਮਰਨਾਥ ਜਾ ਰਹੇ ਯਾਤਰੀਆਂ 'ਤੇ ਹੋਣ ਵਾਲੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਸ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਡਾਕਟਰ ਗਾਂਧੀ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਖਾਸ ਗੱਲਬਾਤ ਕਰ ਰਹੇ ਸਨ। ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸ਼੍ਰੀ ਅਮਰਨਾਥ ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਤਾਂ ਕਿ ਅੱਤਵਾਦੀਆਂ ਦੇ ਘਟੀਆ ਮਨਸੂਬਿਆਂ ਨੂੰ ਨਾਕਾਮ ਕੀਤਾ ਜਾ ਸਕੇ। ਫਿਰਕੂ ਜ਼ਹਿਰ ਫੈਲਾਉਂਦੀਆਂ ਨੇ, ਜ਼ਹਿਰ ਉਗਲਦੀਆਂ ਨੇ ਔਰ ਜ਼ਹਿਰ ਵਰਤਾਉਂਦੀਆਂ ਨੇ, ਉਹਨਾਂ ਨੂੰ ਨਕੇਲ ਪਾਈ ਜਾਵੇ। ਉਹ ਚਾਹੇ ਉਹ ਲਸ਼ਕਰ-ਏ-ਤਾਇਬਾ ਹੋਵੇ,
ਚਾਹੇ ਉਹ ਮਤਲਬ ਸਨਾਤਨ ਸੰਸਥਾ ਹੋਵੇ, ਚਾਹੇ ਉਹ ਬਜਰੰਗ ਦਲ ਹੋਵੇ, ਜਿਹੜੇ ਵੀ ਸਮਾਜ ਦਫੇੜ ਪਾਉਂਦੇ ਨੇ, ਉਹਨਾਂ 'ਤੇ ਨਾਲ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਸਰਕਾਰ ਨੂੰ। ਤਾਂ ਹੀ ਮਤਲਬ ਆਪਾਂ ਕਹਿ ਸਕਾਂਗੇ ਕਿ ਫਲਾਨੀ ਘਟਨਾ ਮਾੜੀ ਹੈ, ਫਲਾਨੀ ਘਟਨਾ ਮਾੜੀ ਨਹੀਂ ਹੈਗੀ ਹੈ। ਜੇਕਰ ਅਸੀਂ ਜੇਕਰ ਸਰਕਾਰ ਸਭ ਨੂੰ ਇੱਕ ਬਰਾਬਰ ਨਹੀਂ ਰੱਖਦੀ ਹੈਗੀ ਹੈ, ਬਹੁਤ ਗਿਣਤੀ ਘੱਟ ਗਿਣਤੀ ਨੂੰ ਇੱਕ ਬਰਾਬਰ ਉਹਦੇ ਹੱਕਾਂ ਦੀ ਰਾਖੀ ਨਹੀਂ ਕਰਦੀ ਹੈਗੀ ਹੈ, ਤਾਂ ਸਰਕਾਰ ਆਪਣੇ ਜਿਹੜੇ ਫਰਜ਼ ਹੈਗਾ ਕੁਤਾਹੀ ਹੈ ਉਹਦੇ 'ਚ ਵਰਤਰੀ ਹੋਊਗੀ। ਔਰ ਮੈਂ ਸਮਝਦਾ ਕਿ ਜੋ 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 ਅਮਰਨਾਥ ਯਾਤਰਾ ਦੇ ਇੱਕ ਜੋ ਬੇਕਸੂਰ ਲੋਕਾਂ ਨਾਲ ਜੋ ਹੈਗਾ ਹੈ, ਜਿਹੜੇ ਆਪਣੇ ਧਾਰਮਿਕ ਅਕੀਦੇ ਕਰਕੇ ਗਏ ਸੀਗੇ, ਔਰ ਜੋ ਕਸ਼ਮੀਰੀਅਤ ਨੂੰ ਜੋ ਧੱਕਾ ਲੱਗਿਆ ਇਹਦੇ ਨਾਲ, ਕਸ਼ਮੀਰੀਅਤ ਸੀਗੀ ਕਸ਼ਮੀਰੀ ਮੁਸਲਿਮ ਪਲੱਸ ਕਸ਼ਮੀਰੀ ਪੰਡਿਤ। ਧਾਰਮਿਕ ਅਸਥਾਨਾਂ 'ਤੇ GST ਬਾਰੇ ਅਜੇ ਵੀ ਸਥਿਤੀ ਸਪਸ਼ਟ ਨਹੀਂ ਹੋ ਸਕੀ। ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ਪੂਰੇ ਦੇਸ਼ ਵਿੱਚ ਲਾਗੂ GST ਕੀਤਾ ਗਿਆ ਸੀ। ਗੁਰਦੁਆਰਿਆਂ ਅਤੇ ਮੰਦਰਾਂ ਸਮੇਤ ਸਾਰੇ ਧਾਰਮਿਕ ਅਸਥਾਨਾਂ ਨੂੰ ਇਸ ਤੋਂ ਬਾਹਰ ਰੱਖਣ ਦੀ ਮੰਗ ਉੱਠੀ ਹੈ। ਉਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਪ੍ਰਸ਼ਾਦ ਅਤੇ ਲੰਗਰ ਵਿੱਚ GST ਦੀ ਛੋਟ ਮਗਰੋਂ ਵੀ ਸਥਿਤੀ ਕੁਝ ਸਪਸ਼ਟ ਨਹੀਂ ਹੋ ਸਕੀ। ਇਸ ਤੇ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਰਕਾਰ ਦੇ ਪ੍ਰੈਸ ਰਿਲੀਜ਼ ਦੀ ਮੰਨੀਏ ਤਾਂ ਇਸ ਮੁਤਾਬਿਕ ਹਰਿਮੰਦਰ ਸਾਹਿਬ ਵਿਖੇ ਮਿਲਣ ਵਾਲਾ ਕੜਾਹ ਪ੍ਰਸ਼ਾਦ ਲੈਣ ਲਈ ਸ਼ਰਧਾਲੂਆਂ ਨੂੰ ਹੁਣ GST ਵੀ ਦੇਣਾ ਪਵੇਗਾ। ਇਸ ਦੇ ਨਾਲ ਹੀ ਕੜਾਹ ਪ੍ਰਸ਼ਾਦ ਨੂੰ ਬਣਾਉਣ ਅਤੇ ਵਰਤਾਉਣ ਵਿੱਚ ਆਉਣ ਵਾਲੇ ਹਰ ਖਰਚ ਦਾ ਵੀ ਹਿਸਾਬ ਦੇਣਾ ਪਵੇਗਾ। ਇਸ ਤੋਂ ਬਾਅਦ ਇਸ ਤੇ ਟੈਕਸ ਵਿੱਚ ਛੋਟ ਮਿਲੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਧਾਰਮਿਕ ਅਸਥਾਨਾਂ ਵਿਖੇ ਪ੍ਰਸ਼ਾਦ ਤੇ ਲੰਗਰ ਤੇ ਸਰਕਾਰ ਵੱਲੋਂ GST ਨਾ ਲਗਾਉਣ ਦਾ ਫੈਸਲਾ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਲੰਗਰ ਚੱਲਦਾ ਹੈ, ਭਾਵੇਂ ਕੋਈ ਛਬੀਲ ਚੜ੍ਹਦੀ ਹੈ, ਭਾਵੇਂ ਕੜਾਹ ਪ੍ਰਸ਼ਾਦ ਦਾ ਹੈ, ਭਾਵੇਂ ਸਲਾਵਾਂ ਨੇ, ਭਾਵੇਂ ਹੋਰ ਜੋ ਐਜੂਕੇਸ਼ਨ ਦੇ ਖੇਤਰ ਵਿੱਚ ਹੈ, ਭਾਵੇਂ ਕੈਂਸਰ ਪੀੜਤ ਲੋਕ ਨੇ, ਭਾਵੇਂ ਗਰੀਬ ਬੱਚੇ ਜਿਹਨਾਂ ਦੇ ਪਾਸ ਫੀਸ ਦੇਣ ਵਾਸਤੇ ਪੈਸੇ ਨੇ, ਉਹਨਾਂ ਦੀ ਸਹਾਇਤਾ ਦਾ ਮਤਲਬ ਹੈ, ਭਾਵੇਂ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਦੀ ਉਸਾਰੀ ਦਾ ਮਤਲਬ ਹੈ, ਔਰ ਜੋ ਸੰਗਤ ਦੇ ਗੁਰਦੁਆਰਾ ਸਾਹਿਬਾਨ ਦੀ ਵੀ ਉਸਾਰੀ ਹੁੰਦੀ ਹੈ, ਉਹਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਦਦ ਦੇਣ ਦਾ ਮਸਲਾ, ਇਹ ਸਾਰਾ ਜਿੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾ ਕਰ ਰਹੀ ਹੈ, ਉਹ ਸਾਰੀ ਜਿਹੜੀ ਹੈ ਉਹ ਮਨੁੱਖਤਾ ਦੀ ਭਲਾਈ ਲਈ ਕਰ ਰਹੀ ਹੈ। ਇਹ ਕੇਵਲ ਸਿੱਖਾਂ ਲਈ, ਉੱਥੇ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ, ਪਾਰਸੀ ਔਰ ਦੁਨੀਆਂ ਦਾ ਕਿਸੇ ਧਰਮ ਦਾ, ਕਿਸੇ ਨਸਲ ਦਾ, ਕਿਸੇ ਰੰਗ ਦਾ, ਕਿਸੇ ਹਿੱਸੇ ਦਾ ਜਿਹੜਾ ਹੈ ਕੋਈ ਵੀ ਉੱਥੋਂ ਮਨੁੱਖ ਮਾਤਰ ਆਉਂਦਾ, ਉਹ ਸਾਰਿਆਂ ਦੇ ਲਈ ਇਹ ਸਾਰੀਆਂ ਸੇਵਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਹੱਈਆ ਕਰਵਾਉਂਦੀ ਹੈ। ਹੁਣ ਜੇਤਰੀ ਸਾਹਿਬ ਇਹ ਕਹਿ ਰਹੇ ਨੇ ਜਿਹੜਾ ਪ੍ਰਸ਼ਾਦ ਜਿਹਦਾ ਵੰਡਣਾ ਹੈ ਉਹ 'ਤੇ ਕੋਈ ਟੈਕਸ ਨਹੀਂ, ਪਰ ਇਹ ਤੋਂ ਵੱਡਾ ਭੁਲੇਖੇ ਵਾਲੀ ਕੋਈ ਗੱਲ ਹੋਰ ਹੋ ਨਹੀਂ ਸਕਦੀ। ਖਰਾਬ ਪ੍ਰਸ਼ਾਦ ਤਿਆਰ ਕਰਨ ਲਈ ਸੂਜੀ ਦੀ ਲੋੜ ਹੈ, ਆਟੇ ਦੀ ਲੋੜ ਹੈ, ਚੀਨੀ ਦੀ ਲੋੜ ਹੈ, ਘਿਓ ਦੀ ਲੋੜ ਹੈ, ਉਹਨਾਂ ਸਾਰੀਆਂ ਚੀਜ਼ਾਂ 'ਤੇ ਉਹਨਾਂ ਦੀ ਢੋ ਢੁਆਈ 'ਤੇ ਬੜਾ ਵੱਡਾ ਟੈਕਸ ਲਾਤਾ। ਸਲਾਵਾਂ ਦੇ ਵਿੱਚ ਜਿਹੜਾ ਸੇਵਾ ਦੇ ਰਹੇ ਹਾਂ ਉਹ ਸੇਵਾ 'ਤੇ ਟੈਕਸ ਲਾਤਾ। ਸਲਾਵਾਂ ਦੇ ਵਿੱਚ ਬਿਸਤਰੇ ਨੇ, ਬੈੱਡ ਨੇ, ਹੋਰ ਸਹੂਲਤਾਂ ਨੇ, ਔਰ ਇਸੇ ਤਰ੍ਹਾਂ ਜੋ ਸਰੋਪਾ ਸਾਹਿਬ ਅਸੀਂ ਦਿੰਦੇ ਹਾਂ ਉਹਨਾਂ ਵਾਸਤੇ ਜਿਹੜਾ ਕੱਪੜਾ ਹੈ ਜਿਹੜਾ ਕਰੋੜਾਂ ਰੁਪਇਆ ਦਿੱਤਾ ਜਾਂਦਾ ਉਹ ਸਾਰੇ 'ਤੇ ਟੈਕਸ ਲਾਤਾ। ਕੋਈ ਐਸੀ ਚੀਜ਼ ਛੱਡੀ ਨਹੀਂ ਮੋਦੀ ਸਰਕਾਰ ਨੇ ਔਰ ਅਰੁਣ ਜੇਤਲੀ ਨੇ ਇਹਦੇ ਟੈਕਸ ਨਾ ਲੱਗਿਆ ਹੋਵੇ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘੱਟੋ ਘੱਟ 10 ਕਰੋੜ ਰੁਪਈਆ ਹਰ ਸਾਲ ਟੈਕਸ ਦੇਣਾ ਪੈ ਰਿਹਾ। ਉਹ ਜਿਹੜਾ ਟੈਕਸ ਹੈ ਉਹ ਜੋ ਸ਼ਰਧਾਲੂ ਲੋਕ ਨੇ, ਜਿਸ ਤਰ੍ਹਾਂ ਮੈਂ ਕਿਹਾ ਕਿ ਸਾਰੇ ਧਰਮਾਂ ਨਾਲ ਸੰਬੰਧ ਲੋਕ, ਚਾਹੇ ਪੰਜਾਬ ਸਰਕਾਰ ਵੱਲੋਂ ਕਰਜ਼ੇ ਦੀ ਮਾਰ ਚੱਲ ਰਹੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਰੂਪੀ ਦੇਣ ਤੋਂ ਬਚਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਪਰ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਵੀ ਕਿਸਾਨਾਂ ਦੀਆਂ ਆਤਮ ਹੱਤਿਆ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਜਿਹਾ ਹੀ ਇੱਕ ਮਾਮਲਾ ਫਰੀਦਕੋਟ ਦਾ, ਜਿੱਥੇ ਇੱਕ ਕਿਸਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੁਬੇਗ ਸਿੰਘ ਦੇ ਨਾਮ ਤੋਂ ਹੋਈ ਹੈ, ਜਿਸ ਦੇ ਸਿਰ ਉੱਤੇ 20 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਦੇ ਚੱਲਦੇ ਉਸਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਅਤੇ ਮੇਰੇ ਜੀਜਾ ਜੀ ਸੀ ਸਰਦਾਰ ਸੁਬੇਗ ਸਿੰਘ ਸਰਪੰਚ ਜੀ, ਅਤੇ ਮੈਨੂੰ 5 ਵਜੇ ਪਤਾ ਚੱਲਿਆ ਜੀ ਇਸ ਤਰ੍ਹਾਂ ਦੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਉਹਨਾਂ ਨੇ, ਮੇਰੀ ਸਿਸਟਰ ਵੱਲੋਂ ਪਤਾ ਲੱਗਾ ਜੀ। ਮੈਂ ਪੁੱਛਿਆ ਵੀ ਕਾਰਨ ਕੀ ਬਣਿਆ, ਕਹਿੰਦੇ 2-3 ਦਿਨਾਂ ਤੋਂ ਕਾਫੀ ਪਰੇਸ਼ਾਨ ਲੱਗਦੇ ਸੀ ਅਤੇ ਕਰਜ਼ੇ ਤੋਂ ਹੀ ਜੀ ਨਾਰ ਦੇ ਬੋਝ ਦੇ ਨਾਲ ਉਹਨਾਂ ਦੀ ਕਰਜ਼ਾ ਜੀ ਤਕਰੀਬਨ 22 ਤੋਂ 24 ਲੱਖ ਰੁਪਈਆ ਹੈਗਾ ਸੀ ਜੀ ਸਾਨੂੰ। ਇਹ ਤਾਂ ਜੀ ਇਸ ਦਾ ਹੱਲ ਸਰਕਾਰ ਨੂੰ ਜਲਦ ਤੋਂ ਜਲਦ ਕੋਈ ਕਰਨਾ ਚਾਹੀਦਾ ਜੀ, ਨਹੀਂ ਤਾਂ ਇਸ ਤਰ੍ਹਾਂ ਹੀ ਕਾਫੀ ਡੈਥਾਂ ਅੱਗੇ ਹੋ ਚੁੱਕੀਆਂ ਨੇ। ਇਹ ਸਾਹ ਕਸ਼ਮੀਰ ਸਿੰਘ, ਆਪਣੇ ਸਾਹ ਸੁਬੇਰ ਸਿੰਘ, ਪੁੱਤਰ ਕਸ਼ਮੀਰ ਸਿੰਘ, ਸੁੰਦਰਨਗਰ ਰਹਿਣ ਵਾਲੇ ਜੀ।
ਇਹਨਾਂ ਦੇ ਅਸੀਂ ਮਿਸਿਜ਼ ਦੇ ਬਿਆਨ 'ਤੇ ਪਰਚਾ ਆਪਣੇ ਕਾਰਵਾਈ ਕਰ ਰਹੇ 74 ਦੀ ਉਹਨੇ ਬਿਆਨ 'ਚ ਰਖਾਇਆ ਵੀ ਇਹ ਪਰੇਸ਼ਾਨ ਰਹਿੰਦਾ ਸੀ ਇਹਨੇ ਕਰਜ਼ਾ ਦੇਣਾ ਸੀ ਬੈਂਕ ਦਾ ਜੀ ਹਾਂ ਲਾਸਟ ਮਿਲ ਗਈ ਜੀ ਅੱਜ ਕਾਰਵਾਈ ਕਰ ਰਹੇ ਹਾਂ ਜੀ ਕਰਜ਼ੇ ਤੋਂ ਪਰੇਸ਼ਾਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਬਠਿੰਡਾ ਦੇ ਕੋਟ ਭਾਰਾ ਪਿੰਡ ਦੇ ਇੱਕ ਕਿਸਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਕਿਸਾਨ ਦਾ ਨਾਮ ਬਲਦੇਵ ਸਿੰਘ ਸੀ ਬਲਦੇਵ ਸਿੰਘ ਦੇ ਸਿਰ ਤੇ 10 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਨੂੰ ਲਾਉਣ ਤੋਂ ਉਹ ਅਸਮਰਥ ਸੀ ਅਤੇ ਆਖਿਰ ਉਸਨੇ ਖੁਦਕੁਸ਼ੀ ਕਰ ਲਈ ਇੱਥੇ ਦੱਸ ਦਈਏ ਕਿ ਪੰਜਾਬ ਵਿੱਚ ਆਏ ਦਿਨ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਮੌਤ ਨੂੰ ਗਲੇ ਲਗਾ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਹਿਲੇ ਬਜਟ ਵਿੱਚ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਐਲਾਨ ਦੇ ਬਾਵਜੂਦ ਖੁਦਕੁਸ਼ੀਆਂ ਦਾ ਸਿਲਸਿਲਾ ਨਹੀਂ ਰੁਕ ਰਿਹਾ ਮੇਰਾ ਨਾਮ ਰਾਮ ਸਿੰਘ ਹੈ ਜੀ ਮਾਮਲਾ ਤਾਂ ਬਲਦੇਵ ਸਿੰਘ ਗੁਰਮੇਲ ਸਿੰਘ ਦਾ ਸਾਡਾ ਕਮਾਂਡੀ ਸੀਗਾ ਜੀ ਅਤੇ ਕਰਜ਼ੇ ਦੀ ਪਰੇਸ਼ਾਨੀ ਰਹਿੰਦੀ ਸੀ ਉਹਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਸੀ ਅਤੇ ਕੱਲ੍ਹ ਲੇਬਰ ਨੂੰ ਪੈਸੇ ਦੇਣੇ ਸੀ ਝੋਨੇ ਦੀ ਦਵਾਈ ਉਹ ਪੈਸੇ ਨਾ ਵੰਡ ਕਰਕੇ ਅਤੇ ਪਰੇਸ਼ਾਨੀ ਦੇ ਵਿੱਚ ਹੋਣ ਕਰਕੇ ਅਤੇ ਸਪਰੇਅ ਪੀ ਗਈ ਅਤੇ ਪੀਣ ਤੋਂ ਬਾਅਦ ਅਸੀਂ ਹੋਸਪਿਟਲ ਲੈ ਆਏ ਇੱਕ ਡਾਕਟਰਾਂ ਨੇ ਮਿਰਚ ਕਰਾ ਕੇ ਪਿੱਛੇ ਵੀ ਉਹਨਾਂ ਦੇ ਕਾਫੀ ਮਤਲਬ ਝੋਨੇ ਦੀ ਫਸਲ ਵੀ ਮਰ ਗਈ ਸੀ ਸੁਬਾਹ ਚੁੱਕਣ ਨਾਲ ਉਦੋਂ ਵੀ ਉਹਨਾਂ ਦੇ ਤੋਂ 4 ਲੱਖ ਰੁਪਇਆ ਖੇਤੀ ਕਾਫੀ ਚਾਹੀਦਾ ਸੀ ਉਸ ਤੋਂ ਬਾਅਦ ਫਿਰ ਬਿਜਲੀ ਮਾਰ ਪਏ ਵੀ ਖੇਤੀ ਮਾਰ ਗਈ ਕਰਕੇ ਕਾਫੀ ਮਤਲਬ ਪਰੇਸ਼ਾਨੀ 'ਚ ਰਹਿੰਦੇ ਸੀ ਕਰਦੇ ਦਾ ਕਾਰਨ ਅਤੇ ਤਾਂ ਕਰਕੇ ਕਿੰਨਾ ਕਰਜ਼ਾ ਸੀ ਉਹਨਾਂ ਕਰਜ਼ਾ ਲਗਭਗ 8 ਲੱਖ ਰੁਪਇਆ ਕਿੰਨੀ ਉਮਰ ਸੀ ਉਹਨਾਂ ਦੀ ਉਮਰ 40 ਸਾਲ ਸੀ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਅਤੇ ਸੈਂਟਰ ਸਰਕਾਰ ਨੂੰ ਵੀ ਉਹਨਾਂ ਦੇ ਪਾਰਕਾਂ ਨੂੰ ਮਾਜਰਾ ਦੇ ਕੇ ਕਰਜ਼ੇ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਆਉਣ ਵਾਲਾ ਜਿਹੜਾ ਕਿਸਾਨ ਹੈਗਾ ਡੇਲੀ ਇੱਕ ਕਿਸਾਨ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਸਰਕਾਰਾਂ ਗਾ ਉਹਨਾਂ ਨੂੰ ਇਸ ਕਿਸਾਨ ਦੇ ਹਾਲਤ ਬਾਰੇ ਸੋਚਣਾ ਚਾਹੀਦਾ ਅਤੇ ਤਾਂ ਕਰਕੇ ਜਿਹੜਾ ਇਹ ਕਰਜ਼ਾ ਮੁਕਤੀ ਕਿਸਾਨ ਹੋ ਕੇ ਦੁਬਾਰਾ ਜਿਹੜਾ ਕਿਸਾਨੀ ਨੂੰ ਖੜਾ ਕੀਤਾ ਜਾ ਸਕੇ ਬਲਦੇਵ ਸਿੰਘ ਜੋ ਪਿੰਡ ਕੋਟ ਭਰਾ ਦਾ ਰਹਿਣ ਵਾਲਾ ਸੀ ਕੋਈ ਜੇਲੀ ਦੀ ਚੀਜ਼ ਪੀ ਸੀ ਆਰਥਿਕ ਪਰੇਸ਼ਾਨੀ ਕਰਨ ਕਿਉਂਕਿ ਇਹ ਜੱਡਾ ਬੋਡੀ ਸਿਵਲ ਹਸਪਤਾਲ ਬਠਿੰਡਾ ਸੀ ਉਹਦੇ ਇਹਦੇ ਭਰਾ ਦੇ ਬਿਆਨ ਦੇ ਸੰਬੰਧ ਕਰਨ ਅੰਮ੍ਰਿਤ ਕਿੰਨਾ ਕਰਜ਼ਾ ਸੀ ਜੀ ਕਰਜ਼ੇ ਨੇ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਆਈ ਸਾਡੇ ਸਿਰਫ ਅਸੀਂ ਵਧੀਆ ਤੌਰ 'ਤੇ ਵੀ ਕਰਜ਼ੇ ਕਰ ਰਹੇ ਸਾਡੇ ਕੋਲ ਕਰਜ਼ੇ ਬਾਰੇ ਇੱਥੇ ਵੇਲਾ ਹੋ ਚੁੱਲਾ ਇੱਕ ਛੋਟੇ ਜਿਹਾ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ